ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਅਤੇ ਜੱਟ ਜਿਹੜਾ ਹੈਗਾ ਮੇਰੀ ਕੌਮ ਹੈਗੀ। ਅਤੇ ਜੱਟ ਉਹ ਨਹੀਂ ਹੁੰਦਾ ਜਿਹੜਾ ਖੇਤੀ ਕਰੇ। ਸਾਡਾ ਜੱਟਾਂ ਦਾ ਜਿਹੜਾ ਪੇਸ਼ਾ ਹੈਗਾ ਆਮ ਹੈਗਾ, ਖੇਤੀ ਹੈਗਾ। ਖੇਤੀ 'ਚ ਨੌਂ ਅੰਗ ਧਰਮ ਦੇ ਕਾਇਮ ਹੁੰਦੇ ਨੇ। ਇਸ ਕਰਕੇ ਜਿਹੜੇ ਬ੍ਰਾਹਮਣ ਵਰਨ ਦਾ ਕੰਮ ਕਰਦੇ ਸੀ ਨਾ, ਜਦੋਂ ਕਲਯੁੱਗ ਸ਼ੁਰੂ ਹੋਣ ਲੱਗਾ ਤਾਂ ਉਦੋਂ ਜਿਹੜੇ ਚੰਗੇ ਬ੍ਰਾਹਮਣ ਸੀਗੇ, ਜਿਹੜੇ ਹੁੰਡਾ ਨਹੀਂ ਸੀ ਖਾਣਾ ਚਾਹੁੰਦੇ, ਉਹ ਖੇਤੀ ਕਰਨ ਲੱਗ ਪਏ ਸੀਗੇ। ਗੌੜ ਕੁਰੂਕਸ਼ੇਤਰੇ 'ਚ ਖੇਤੀ ਕਰਦੇ ਨੇ, ਹੋਰ ਵੀ ਸਰਸਵਤ ਵੀ ਇੱਦਾਂ ਖੇਤੀ ਕਰਨ ਲੱਗ ਪਏ ਕਿ ਖੇਤੀ 'ਚ ਕਮਾਈ ਜਿਹੜੀ ਹੈਗੀ ਧਰਮ ਦੀ ਜ਼ਿਆਦਾ ਹੈਗੀ। ਅਤੇ ਮੈਂ ਪ੍ਰਚਾਰ ਕਰਦਾ ਆਪਣੇ ਕ੍ਰਿਸਚੈਨਿਟੀ ਦਾ ਵੀ ਅਤੇ ਰੀਅਲ ਇਸਲਾਮ ਦਾ ਵੀ। ਇਹ ਜਿਹੜੇ ਨੇ ਬੇਦੀ ਅਤੇ ਸੋਢੀ ਖੱਤਰੀ, ਇਹ ਮੈਨੂੰ ਬਹੁਤ ਤੰਗ ਕਰਦੇ ਨੇ। ਇਹ ਸਮਝਦੇ ਕਿ ਵੀ ਸਾਡਾ ਜਿਹੜਾ ਹੈਗਾ ਠੇਕਾ ਹੈਗਾ ਸਿੱਖੀ ਦਾ ਸਾਡੇ ਕੋਲ ਹੀ ਹੈਗਾ, ਇਹ ਜੱਟ ਕਿੱਧਰੋਂ ਆ ਗਿਆ ਵਿੱਚ ਸਾਡੇ ਪੰਗਾ ਪਾਉਣ ਵਾਲਾ। ਅਤੇ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਕਿ ਸਤਿਗੁਰੂ ਨਾਨਕ ਦੇਵ ਜੀ ਖੱਤਰੀਆਂ ਦੇ ਘਰ ਕਿਉਂ ਆਏ ਸੀ। ਅਤੇ ਇਹਦਾ ਹੈਗਾ ਕਿ ਸਤ ਜਦੋਂ ਸਤਯੁਗ ਵਿੱਚ ਤਾਂ ਸਾਰੇ ਭਗਤ ਹੁੰਦੇ ਨਾ, ਤ੍ਰੇਤਾ ਯੁੱਗ ਜਦੋਂ ਸ਼ੁਰੂ ਹੋਇਆ ਉਦੋਂ ਜਿਹੜੀ ਧਰਮ ਦਾ ਚਾਰ ਹੁੰਦੇ ਨਾ ਅੰਗ, ਸ਼ਰਮ, ਸੱਚ, ਸੰਤੋਖ ਅਤੇ ਦਇਆ, ਜਦੋਂ ਦਇਆ ਜਾਂਦੀ ਰਹੀ ਨਾ ਉਦੋਂ ਫਿਰ ਤ੍ਰੇਤਾ ਸ਼ੁਰੂ ਹੋ ਜਾਂਦਾ ਹੈਗਾ। ਤ੍ਰੇਤੇ ਯੁੱਗ ਦਾ ਅਵਤਾਰ ਜਿਹੜੇ ਸੀਗੇ ਆਪਣੇ ਸ੍ਰੀ ਰਾਮ ਚੰਦਰ ਸੀਗੇ, ਜਿੱਦਾਂ ਹੈਗਾ ਨਾ ਨਾਂ ਹੈਗਾ ਉਹਨਾਂ ਦਾ ਰਾਮ ਦੇ ਚੰਦ। ਚੰਦ ਜਿਹੜੇ ਹੈਗਾ ਰਾਮ ਹੈਗਾ ਸੂਰਜ, ਸੂਰਜ ਦੀ ਰੋਸ਼ਨੀ ਪੈਂਦੀ ਚੰਦ 'ਤੇ ਤਾਂ ਫਿਰ ਉਹ ਆਹ ਚੰਦ ਹੈਗਾ, ਚੰਦ ਦੀ ਰੋਸ਼ਨੀ ਜਿਹੜੀ ਰਾਮ ਦੀ ਰੋਸ਼ਨੀ ਹੈਗੀ ਉਹ ਮਨ 'ਤੇ ਮਨ ਨੂੰ ਜਾਂਦੀ ਹੈਗੀ। ਅਤੇ ਤਦ ਉਹਨਾਂ ਦਾ ਨਾਂ ਸੀ ਰਾਮ ਚੰਦਰ। ਰਾਮ ਚੰਦਰ ਹੈਗਾ ਮਰਿਆਦਾ ਪੁਰਸ਼ੋਤਮ ਅਵਤਾਰ। ਉਹਨਾਂ ਨੇ ਫਿਰ ਮਰਿਆਦਾ ਦੱਸੀ ਉਹਨਾਂ ਨੂੰ ਵੀ ਰਹਿਮ ਦੇ ਲਈ। ਉਹਦੇ 'ਚ ਫਿਰ ਯੱਗ ਵਗੈਰਾ ਕਰਨ ਲੱਗੇ ਸੀ ਇੱਥੇ ਹੋਰ ਇਸ ਤਰ੍ਹਾਂ। ਫਿਰ ਉਸ ਤੋਂ ਬਾਅਦ ਆ ਗਿਆ ਦੁਆਪਰ ਯੁੱਗ। ਦੁਆਪਰ ਯੁੱਗ ਸੀਗਾ ਯਾਦਵਾਂ ਦਾ, ਤ੍ਰੇਤਾ ਯੁੱਗ ਖੱਤਰੀਆਂ ਦਾ ਸੀਗਾ। ਰਾਮ ਚੰਦਰ ਜੀ ਖੱਤਰੀ ਸਨ ਅਤੇ ਉਦੋਂ ਇਹ ਇੰਨੇ ਸਿਆਣੇ ਹੁੰਦੇ ਸੀ ਕਿ ਇਹਨਾਂ ਦੇ ਮਸ਼ਹੂਰ ਹੋ ਗਿਆ ਸੀ ਪੁੱਤ ਜੰਮਣ ਖਤਰਾ ਨਹੀਂ ਆ, ਕੋਈ ਕੋਈ ਬੰਮ ਨਹੀਂ ਆ। ਕਿਤੇ ਅਜੇ ਵੀ ਹੈਗਾ ਮਸ਼ਹੂਰ ਕਿ ਵੇਦਾਂ 'ਚ ਇਹਨਾਂ ਦਾ ਨੌਲੇਜ ਜ਼ਿਆਦਾ ਹੈਗਾ। ਇਹ ਬ੍ਰਾਹਮਣਾਂ ਦੇ ਜਿਹੜੇ ਕੰਮ ਕਰਦੇ ਨਾ ਪੇਸ਼ੇ ਦੇ, ਉਹਨਾਂ ਨਾਲ ਵੀ ਜ਼ਿਆਦਾ, ਉਹਨਾਂ ਨੂੰ ਵੀ ਹਰਾ ਦਿੰਦੇ ਨੇ ਉਹ। ਅਤੇ ਕਲਯੁੱਗ 'ਚ ਫਿਰ ਆਪਣੀ ਇਹ ਪਾਖਿਆ ਬਦਲ ਜਾਂਦੇ ਨੇ। ਇਹ ਹੁੰਦੇ ਸੀ ਬੜੇ ਸਿਆਣੇ ਹੁੰਦੇ ਸੀਗੇ, ਇਹ ਕਲਯੁੱਗ 'ਚ ਇੱਕ ਨੰਬਰ ਦੇ ਸ਼ੈਤਾਨ ਬਣ ਜਾਂਦੇ ਨੇ। ਅਤੇ ਜਦੋਂ ਸ਼ੈਤਾਨ ਬਣ ਜਾਂਦੇ ਫਿਰ ਇਹਨਾਂ ਸ਼ੈਤਾਨਾਂ ਨੂੰ ਸੋਧਣ ਲਈ ਫਿਰ ਡਾਕਟਰ ਆਉਂਦਾ ਹੈਗਾ ਸਤਿਗੁਰੂ ਨਾਨਕ ਦੇਵ ਜੀ। ਸਤਿਗੁਰੂ ਨਾਨਕ ਦੇਵ ਜੀ ਹੈਗੇ ਸੈਕਿੰਡ ਕਮਿੰਗ ਆਫ ਜੀਜ਼ਸ। ਜੀਜ਼ਸ ਪਹਿਲਾ ਸਤਿਗੁਰੂ ਕਲਯੁੱਗ ਦਾ ਆਇਆ, ਫਿਰ ਇਹ ਨਾਨਕ ਦੂਜਾ ਸੀਗਾ ਅਤੇ ਸਾਰਿਆਂ ਨਾਲ ਵੱਡਾ ਸੀ। ਜੀਜ਼ ਦੱਸ ਗਿਆ ਸੀਗਾ ਮੈਂ ਆਵਾਂਗਾ, ਐਜ਼ ਦੀ ਲਾਈਟਨਿੰਗ ਸਟ੍ਰਾਈਕ ਇਨ ਦਾ ਈਸਟ ਐਂਡ ਫਲੈਸ਼ਿਜ਼ ਟੁਵਰਡ ਦੀ ਵੈਸਟ, ਸੋ ਵਿਲ ਬੀ ਕਮਿੰਗ ਸਨ ਆਫ ਮੈਨ। ਮਤਲਬ ਹੈਗਾ ਵੀ ਇਹ ਲਾਈਟ ਤਾਂ ਉੱਥੇ ਇੰਡੀਆ 'ਚ ਹੈਗੀ, ਈਸਟ 'ਚ ਨਿਕਲੇਗੀ, ਲੇਕਿਨ ਉਹਦੀ ਕਦਰ ਨਹੀਂ ਹੋਣੀ ਉੱਥੇ। ਕਿਉਂ? ਕਦਰ ਹੈਗੀ ਪੈਸੇ ਦੀ। ਜਿੱਥੇ ਆਦਮੀ ਭੁੱਖਾ ਹੋਵੇ ਨਾ ਪੈਸੇ ਦਾ, ਉੱਥੇ ਨਾਮ ਨਹੀਂ ਮਿਲਦਾ। ਅਤੇ ਇਸ ਕਰਕੇ ਜਿਹੜਾ ਨਾਮ ਹੈਗਾ ਇਹ ਫਿਰ ਵੈਸਟ ਵਿੱਚ ਲੋਕਾਂ ਨੇ ਐਪਰੀਸ਼ੀਏਟ ਕਰਨਾ ਹੈਗਾ। ਅਤੇ ਸਤਿਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਸੈਕਿੰਡ ਕਮਿੰਗ ਆਫ ਜੀਜ਼ਸ ਸੀਗੇ। ਅਤੇ ਜਿਹੜਾ ਹਰਿਮੰਦਰ ਹੈਗਾ ਇਹ ਪਹਿਲਾਂ ਹੁੰਦਾ ਸੀ ਜਰੂਸਲਮ, ਇਸੇ ਸਾਈਜ਼ ਦਾ ਉੱਥੇ ਹੁੰਦਾ ਸੀ ਪੱਧਰੇ, ਇੱਥੇ ਪਾਣੀ 'ਚ ਬਣਾਇਆ। ਕਿਉਂ? ਇੱਥੇ ਲੋਕ ਫਨੈਟਿਕ ਜ਼ਿਆਦਾ ਹੈਗੇ ਨੇ। ਅਤੇ ਤਲਾਅ ਜਿਹੜਾ ਹੈਗਾ ਜਿੱਥੇ ਅੰਮ੍ਰਿਤ ਸਰੋਵਰ ਹੈਗਾ ਉਹ ਉੱਥੇ ਹੁੰਦਾ ਸੀ, ਇਹਨੂੰ ਕਹਿੰਦੇ ਸੀ ਬੇਤਸਡਾ ਪੂਲ ਆਫ ਮਰਸੀ। ਉੱਥੇ ਉਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਦੁਬਾਰਾ ਆਪਣਾ ਟੈਂਪਲ,
ਜਦੋਂ ਨੀਹਾਂ ਪੱਟੀਆਂ ਤਾਂ ਸਭ ਕੁਛ ਹੋ ਗਿਆ ਅਤੇ ਨੀਹਾਂ 'ਚ ਫਿਰ ਅੱਗ ਨਿਕਲੀ, ਅੱਗ ਨਿਕਲੀ ਅਤੇ ਇਹਨਾਂ ਨੂੰ ਦੌੜਾ ਦਿੱਤਾ। ਦੋ ਤਿੰਨ ਵਾਰੀ ਕੋਸ਼ਿਸ਼ ਕੀਤੀ ਉਹਨਾਂ ਨੇ ਬੁਲਾਉਣ ਦੀ, ਦੋ ਤਿੰਨ ਵਾਰੀ ਉਹਨਾਂ ਨੂੰ ਦੌੜਾ ਦਿੱਤਾ ਅਤੇ ਉਹਨਾਂ ਦੇ ਜਿਹੜੇ ਪੱਥਰ ਸੀਗੇ, ਜਿਹੜੇ ਇੱਕ ਪੱਥਰ ਦੇ ਉੱਪਰ ਦੂਜਾ ਪੱਥਰ ਨਹੀਂ ਰਹਿਣ ਦਿੱਤਾ, ਜਿੱਦਾਂ ਕਿ ਸਤਿਗੁਰੂ ਜੀ ਜੀ ਕਹਿ ਗਿਆ ਸੀ, ਨਾਟ ਵਨ ਸਟੋਨ ਵਿਲ ਬੀ ਲੈਫਟ ਔਨ ਟੋਪ ਆਫ ਦੀ ਅਦਰ। ਹੁਣ ਉਹਨਾਂ ਕੋਲ ਇੱਕ ਕੰਧ ਖੜ੍ਹੀ ਹੈਗੀ ਜਿਹੜੀ ਕਿ ਵੈਸਟ ਵੱਲ ਲੱਗੀ। ਜਦੋਂ ਆਪੇ ਪੂਜਾ ਕਰਦੇ ਨੇ ਲੋਕ ਉਦੋਂ ਈਸਟ ਵੱਲ ਨੂੰ ਮੂੰਹ ਕਰਕੇ ਕਰਦੇ ਨੇ, ਇਸ ਕਰਕੇ ਮੰਦਰਾਂ ਦਾ ਮੂੰਹ ਈਸਟ ਵੱਲ ਨੂੰ ਹੁੰਦਾ ਹੈਗਾ। ਜਦੋਂ ਸ਼ੈਤਾਨ ਨੂੰ ਦਰਕਾਰਦੇ ਨੇ ਉਦੋਂ ਵੈਸਟ ਵੱਲ ਨੂੰ ਮੂੰਹ ਕਰਕੇ ਨਾ ਛੇ ਸੱਤ ਪੱਥਰ ਮਾਰਦੇ ਨੇ ਸ਼ੈਤਾਨ ਦੇ ਉਂਜੜਾਉਣ ਲਈ। ਇਹ ਜਿਹੜੀ ਵੈਸਟ ਵੱਲ ਕੰਧ ਹੈਗੀ ਇਹ ਸ਼ੈਤਾਨ ਦੇ ਪੂਜਣ ਲਈ ਹੈਗੀ। ਇਹ ਸ਼ੈਤਾਨ ਅੱਜ ਇਕੱਠੇ ਹੋ ਰਹੇ ਨੇ ਉੱਥੇ ਇਜ਼ਰਾਈਲ 'ਚ ਫਾਈਨਲ ਬਰਨਿੰਗ ਦੇ। ਅਤੇ ਇਹ ਬਾਈਬਲ 'ਚ ਹੈਗਾ ਮਾਥਿਊ 13:24-30 ਵਿੱਚ ਲਿਖਿਆ ਕਿ ਜਦੋਂ ਯੁੱਗ ਦਾ ਅਖੀਰ ਆਇਆ ਇਹਨਾਂ ਨੂੰ ਇਕੱਠੇ ਕਰਕੇ ਮੈਂ ਜਲਾਵਾਂਗਾ। ਹੁਣ ਪ੍ਰਚਾਰ ਕਰਨ ਦੀ ਬਹੁਤ ਜ਼ਰੂਰਤ ਹੈਗੀ, ਕਿਉਂ ਇਹ ਜਿਹੜਾ ਹੋ ਰਿਹਾ ਤੁਸੀਂ ਸੀਰੀਆ 'ਚ ਦੇਖ ਰਿਹਾ, ਮਿਡਲ ਈਸਟ ਦੇ ਰਿਹਾ, ਇਹ ਇੰਡੀਆ 'ਚ ਵੀ ਹੋਣਾ ਹੈਗਾ। ਅਤੇ ਜਦੋਂ ਉੱਥੇ ਹੋਇਆ ਤਾਂ ਉਦੋਂ ਬਹੁਤ ਜ਼ਬਰਦਸਤ ਹੋਏਗਾ। ਜੇ ਤੁਹਾਡੇ ਕੋਲ ਨਾਮ ਹੋਏਗਾ ਪੱਲੇ ਤਦ ਬਚੋਗੇ। ਮੇਰੇ ਫਾਦਰ ਕੋਲ ਨਾਮ ਸੀਗਾ, ਉਹ ਲੋਕਾਂ ਨੂੰ ਉਹ ਇੰਸਪੈਕਟਰ ਹੁੰਦੇ ਸੀ ਸਕੂਲਾਂ ਦੇ, ਨਾ ਰਿਸ਼ਵਤ ਲੈਂਦੇ ਸੀ ਨਾ ਦਿੰਦੇ ਸੀ। ਉਹਨਾਂ ਨੇ ਡਿਮੋਟ ਕਰ ਦਿੱਤਾ 1942 ਵਿੱਚ। ਉਹਨਾਂ ਨੂੰ ਰੰਜ ਤਾਂ ਬਹੁਤ ਆਇਆ, ਪਰ ਉਹਨਾਂ ਨੂੰ ਸਕੂਲ 'ਚ ਜਦੋਂ ਟੀਚਿੰਗ 'ਚ ਲਾਇਆ ਉਹਨਾਂ ਨੂੰ ਹਾਈਜੀਨ ਫਿਜ਼ੀਓਲੋਜੀ ਦੇ ਦਿੱਤੀ, ਉਹਦੇ 'ਚ ਦਿਮਾਗ ਦੀ ਸਟਰਕਚਰ ਸੀਗੀ, ਉਹਦੇ ਜਿਹੜੀ ਹੈ ਨਾ ਬਾਣੀ ਨਾਲ ਤੁਲਕ ਹੈਗਾ। ਹੋਮੇ ਦਾ ਦਿਮਾਗ ਪਿੱਛੇ ਹੈਗਾ, ਮਨ ਦਾ ਮਿਡਲ, ਬੁੱਧੀ ਦਾ ਮੋਹਰੇ, ਹੋਮੇ ਮਨ ਬੁੱਧੀ। ਚਿੱਤ ਬਿਰਤੀ 'ਚ ਹੈਗਾ, ਜਦੋਂ ਆਦਮੀ ਸੁੱਤਾ ਹੁੰਦਾ ਨਾ ਕੂਕ, ਉਦੋਂ ਰੂਹ ਜਿਹੜੀ ਹੁੰਦੀ ਉਹ ਚਿੱਤ ਬਿਰਤੀ 'ਚ ਗਈ ਹੁੰਦੀ ਹੈਗੀ। ਅਤੇ ਉਹਨਾਂ ਨੇ ਫਿਰ ਨੌਲੇਜ ਉਹਨਾਂ ਨੂੰ ਮਿਲ ਗਿਆ ਅਤੇ ਉਹਨਾਂ ਨੇ ਫਿਰ ਲਿਖੇ ਪਰਚੇ ਵੀ ਇਹ ਜਿਹੜਾ ਰਿਲੀਜੀਅਸ ਨਾਂ ਦੇ ਉੱਤੇ ਮੁਲਕ ਨੂੰ ਨਾ ਵੰਡੋ। ਅਤੇ ਇਹ ਜਿਹੜੇ ਲਾਲੇ ਸੀਗੇ, ਤਿੰਨੇ ਲਾਲੇ ਸੀਗੇ, ਲਾਲਾ ਗਾਂਧੀ, ਲਾਲਾ ਲਾਲਾ ਤਾਰਾ ਸਿੰਘ ਮਲਹੋਤਰਾ ਖੱਤਰੀ ਅਤੇ ਲਾਲਾ ਮੁਹੰਮਦ ਅਲੀ ਜਿਹੜਾ ਭਾਟੀਆ, ਬਬਲਾ ਭਾਟੀਆ, ਇਹ ਤਿੰਨੇ ਲਾਲਿਆਂ ਨੇ ਮਿਲ ਕੇ ਨਾ ਅਤੇ ਪਾਰਟੀਸ਼ਨ ਕਰਾ ਦਿੱਤੀ। ਜਿਹੜੇ ਬ੍ਰਿਟਿਸ਼ ਸੀ ਇਹ ਵੀ ਹਿਪੋਕ੍ਰੇਟ ਸੀਗੇ, ਜਿੱਥੇ ਇਲੈਕਸ਼ਨ ਹੁੰਦੀ ਉੱਥੇ ਕਰਦੇ ਨੇ ਆਦਮੀ। ਅੱਜ ਉਦੋਂ ਜਦੋਂ ਸਾਡੀ ਹੋਈ ਵੰਡ, ਇਲੈਕਸ਼ਨ ਨਹੀਂ ਕਰਾਈ ਇਹਨਾਂ ਨੇ, ਕਹਿੰਦੇ ਵੀ ਇਹਨਾਂ ਨੂੰ ਲੜਨ ਦਿਓ ਆਪਸ ਵਿੱਚ, ਲੜ ਮਰ ਜਾਣਗੇ। ਉਹਨਾਂ ਨੂੰ ਪਤਾ ਸੀ ਜੋ ਕਰ ਰਹੇ ਸੀ ਗਲਤ ਕਰ ਰਹੇ, ਪਰ ਇਹਨਾਂ ਨੇ ਜਾਣ ਬੁੱਝ ਕੇ ਨਾ ਉਹਨਾਂ ਨੂੰ ਸਾਨੂੰ ਮਰਵਾਇਆ। ਹੈਲੋ ਹੈਲੋ ਜਾਣ ਬੁੱਝ ਕੇ ਇਹਨਾਂ ਸਾਨੂੰ ਲੜਾਇਆ, ਤਾਂ ਕਿ ਅਸੀਂ ਇਹਨਾਂ ਨੂੰ ਜੱਟਾਂ ਨੇ ਖਾਸ ਕਰਕੇ ਅਤੇ ਪਠਾਣਾਂ ਨੇ ਇਹਨਾਂ ਨੂੰ ਜਿਤਾਇਆ, ਆਪਣੇ ਵਰਲਡ ਵਾਰ 1 ਅਤੇ ਵਰਲਡ ਵਾਰ 2 ਜਿਤਾਈ। ਫਿਰ ਕਹਿੰਦੇ ਤੁਸੀਂ ਹੁਣ ਬਹੁਤ ਚੰਗੇ ਹੈਗੇ ਹਾਂ, ਲੜਾਕੇ ਹੈਗੇ ਹਾਂ, ਤੁਹਾਡਾ ਅਸੀਂ ਮੁਲਕ ਵੰਡ ਦਿੰਦੇ ਹਾਂ। ਜਦੋਂ ਤੁਸੀਂ ਆਪਸ ਵਿੱਚ ਲੜੋਗੇ ਨਾ ਅਸੀਂ ਤੁਹਾਨੂੰ ਹਥਿਆਰ ਵੇਚਾਂਗੇ, ਉਹ ਵੀ ਉਹਨੂੰ ਵੀ ਤੁਹਾਨੂੰ ਸਾਡੇ ਮੂਹਰੇ ਝੁਕਣਾ ਪੈਣਾ, ਤਦ ਹਥਿਆਰ ਵੇਚਾਂਗੇ। ਓਬਲੀਗੇਸ਼ਨ ਅਤੇ ਇਹ ਹੈਗੇ ਵਪਾਰੀ ਲੋਕ ਹੈਗੇ ਨੇ ਬ੍ਰਿਟਿਸ਼ ਦੇ। ਅਤੇ ਮੈਂ ਇੰਗਲੈਂਡ 'ਚ ਹੈਗਾ ਅਤੇ ਇਹਨਾਂ ਨੂੰ ਪ੍ਰਚਾਰ ਕਰੀਦਾ ਹੈਗਾ ਅਤੇ ਦੱਸੀਦਾ ਵੀ ਇਹ ਤੁਹਾਡੀ ਤੁਸੀਂ ਹਿਪੋਕ੍ਰੇਸੀ ਕੀਤੀ ਸੀਗੀ, ਤਾਂ ਚੁੱਪ ਕਰ ਜਾਂਦੇ ਨੇ। ਹੈਲੋ I'm busy on the other telephone. Can you ring me please after 10 minutes? Okay. So, ਇਹ ਹੈਗਾ ਅਤੇ ਇਹ ਹੁਣ ਮੈਂ ਪ੍ਰਚਾਰ ਜਦੋਂ ਕਰਦਾ ਹੈਗਾ ਨਾ, ਇਹ ਖੱਤਰੀ ਲੋਕ ਜਿਹੜੇ ਨਾ ਇਹ ਬਹੁਤ ਸੋਢੀ ਅਤੇ ਬੇਦੀ ਆਪਣੇ ਆਪ ਨੂੰ ਸਮਝਦੇ ਕਿ ਅਸੀਂ ਬੜੇ ਉੱਚੇ ਹੈਗੇ ਹਾਂ, ਤਾਂ ਲੋਕ ਇਹਨਾਂ ਦੀ ਪੈਰਾਂ ਨੂੰ ਹੱਥ ਲਾਉਂਦੇ ਸੀਗੇ, ਇਹਨਾਂ ਦੀ ਚਾਲ ਪਲੂਸੀ ਕਰਦੇ ਸੀਗੇ, ਪਿੰਡਾਂ 'ਚ ਆਉਂਦੇ ਸੀਗੇ, ਉਹ ਇਹ ਦਾਣੇ ਇਕੱਠੇ ਕਰਕੇ ਲੈ ਜਾਂਦੇ ਸੀਗੇ।
ਯਾਨੀ ਜੱਟਾਂ ਦੀ ਹਾਰਡ ਲੇਬਰ ਜਿਹੜੀ ਸੀ ਨਾ ਪਸੀਨੇ ਦੀ, ਇਹ ਚੁੱਪ ਕਰਕੇ ਚੋਰੀ ਕਰਕੇ ਲੈ ਜਾਂਦੀ ਸੀ ਉਹਨਾਂ ਤੋਂ। ਅਤੇ ਫਾਦਰ ਨੇ ਇਹਨਾਂ ਨੂੰ ਜਦੋਂ ਆਏ ਸੀਗੇ ਤਾਂ ਉਦੋਂ ਪਿੰਡ 'ਚ ਸਾਡੇ ਇਹਨਾਂ ਨੂੰ ਸੁਣਾਇਆ ਸੀ ਕਿ ਜਿਹੜੇ ਪਖੰਡੀ ਹੈਗੇ ਨੇ ਇਹ ਹੈਗੇ ਨੇ, ਅਤੇ ਬੁੜ ਬੁੜ ਕਰਦਾ ਚਲਾ ਗਿਆ ਪਿੰਡ ਛੱਡ ਕੇ। ਅਤੇ ਫਾਦਰ ਜਦੋਂ 47 ਵਿੱਚ ਲੜਾਈ ਹੋਇਆ ਨਾ ਪਾਰਟੀਸ਼ਨ, ਉਹਦੇ ਲੋਕਾਂ ਨੂੰ ਦੱਸਿਆ ਵੀ ਸਿੱਖ ਜਿਹੜੀ ਇਹ ਪੰਥ ਹੈਗਾ ਇਹ ਕੌਮ ਨਹੀਂ ਹੈਗੀ, ਕੌਮ ਜੱਟ ਹੈਗੀ, ਕੋਈ ਖੱਤਰੀ ਹੈਗਾ, ਕੋਈ ਅਰੋੜਾ ਹੈਗਾ, ਕੋਈ ਪਠਾਨ ਹੈਗਾ, ਬਲੋਚ ਹੈਗਾ, ਇਹ ਜ ਕੌਮ ਨੇ, ਇਹ ਕੌਮਾਂ ਦੇ ਲੋਕ ਪੈਦਾ ਹੋਏ, ਇਹਨਾਂ ਨੇ ਮਰਨਾ ਹੈਗਾ। ਪਿੰਡਾਂ ਨੂੰ ਦੱਸਿਆ ਵੀ ਅਸੀਂ ਜੱਟਾਂ ਨੇ ਮਰਨਾ, ਆਪਸ ਐਵੇਂ ਨਾ ਇੱਕ ਦੂਜੇ ਨੂੰ ਮਾਰਿਆ ਜੇ ਵੀ ਉਹ ਸਿੱਖ ਹੈਗਾ ਅਤੇ ਉਹ ਮੁਸਲਮਾਨ ਹੈਗਾ। ਫਿਰ ਜਦੋਂ ਅਸੀਂ ਆਪਣੇ ਪਿੰਡ ਗਏ ਤਾਂ ਧਨੁਆ 91 ਆਰਮੀ ਉੱਥੇ 2000 ਆ ਗਏ ਰਾਈ ਹਮਲਾ ਕਰਨ ਲਈ, ਅਤੇ ਕੁਦਰਤੀ ਉਹਨੇ ਰਾਸੀ ਨੂੰ ਕਲਿਆ ਜਾ ਬੁਲਾ ਕੇ ਲਿਆ ਨੰਬਰਦਾਰ ਨੂੰ, ਮੇਰਾ ਫਾਦਰ ਨਾਲ ਚਲੇ ਗਿਆ। ਜਦੋਂ ਉਹਨੇ ਦੱਸਿਆ ਕਿ ਫਾਦਰ ਨੇ ਕੋਈ ਲਾਲਿਆਂ ਦੀ ਸ਼ਰਾਰਤ ਹੈਗੀ ਅਤੇ ਅਸੀਂ ਜੱਟਾਂ ਨੇ ਮਰਨਾ, ਤੁਸੀਂ ਅਰਾਈਆਂ ਨੇ ਮਰਨਾ, ਜੇ ਕੋਈ ਦੁਸ਼ਮਣੀ ਤਾਂ ਕੱਢ ਲਓ, ਬੜਾ ਸੋਹਣਾ ਮੌਕਾ ਹੈਗਾ। ਉਹ ਕਹਿੰਦਾ ਕੋਈ ਦੁਸ਼ਮਣੀ, ਇਸ ਤਾਂ ਦੋਸਤ ਹੈਗੇ, ਉਹਦੇ ਸਿਰ ਪੱਲੇ ਪੈ ਗਈ ਸ਼ਰਾਰਤ ਇਹਨਾਂ ਦੀ। ਅਤੇ ਕਹਿੰਦਾ ਚਲੋ ਲਾਹੌਰ ਤਬਾਦਲਾ ਰੁਕਾਈਏ। 2000 ਨੂੰ ਕਹਿੰਦਾ ਕਿ ਇਹ ਸਾਡੇ ਮਹਿਮਾਨ ਹੈ, ਖਬਰਦਾਰ ਇਹਨਾਂ ਨੂੰ ਕੋਈ ਨੁਕਸਾਨ ਪਹੁੰਚਾਇਆ। ਇਹ ਹੈਗੀ ਬਾਣੀ ਦੀ, ਜੇ ਤੁਸੀਂ ਤੁਹਾਡੇ ਕੋਲ ਬਾਣੀ ਦਾ ਹੋਏਗਾ ਨਾ ਤਦ ਤੁਸੀਂ ਬਚੋਗੇ, ਨਹੀਂ ਤਾਂ ਜਿਹੜਾ ਹੋਰ ਆਉਣ ਵਾਲਾ ਹੈਗਾ ਨਾ ਜਦੋਂ ਫਸਾਦ ਹੋਏ ਨਾ ਉਹਦੇ ਨਾਲ ਵੀ ਬਦਤਰ ਹੋਣੇ ਨੇ 1947 ਤੋਂ ਵੀ। ਲੋਕਾਂ ਨੇ ਜਿਹੜਾ ਦੇਖ ਲਓ ਸੀਰੀਆ 'ਚ ਕੀ ਹੋ ਰਿਹਾ ਹੈਗਾ, ਸੀਰੀਆ 'ਚ ਤਾਂ ਲੋਕ ਆਪਾਂ ਨਾਲੋਂ ਕਈ ਗੁਣਾ ਚੰਗੇ ਨੇ ਇੰਡੀਆ ਨਾਲੋਂ, ਉੱਥੇ ਦੀ ਹਾਲਤ ਇਹ ਹੈਗੀ ਅਤੇ ਇੰਡੀਆ ਦੀ ਕੀ ਹੋਏਗੀ। ਅਤੇ ਇਸ ਕਰਕੇ ਜਿਹੜੇ ਸਤਿਗੁਰੂ ਆਏ ਨੇ ਡਾਕਟਰ ਹੁੰਦੇ ਨੇ, ਸਪਿਰਚੁਅਲ ਡਾਕਟਰ ਉਹਨਾਂ ਦੇ ਆਉਂਦੇ ਜਿਹੜੇ ਬਿਮਾਰ ਹੋਣ। ਇਹ ਬੇਦੀ ਜਿਹੜੇ ਸੀਗੇ ਨਾ, ਇਹ ਵੇਦਾਂ ਦਾ ਇਹਨਾਂ ਨੂੰ ਬਹੁਤ ਗੁਮਾਨ ਸੀਗਾ ਕਿ ਸਾਡੇ ਕੋਲ ਬਹੁਤ ਨੌਲੇਜ ਹੈਗਾ, ਕਿਤਾਬੀ ਨੌਲੇਜ ਸੀਗਾ, ਰੂਹਾਨੀ ਨਹੀਂ ਸੀ। ਇਸ ਕਰਕੇ ਸਤਿਗੁਰੂ ਨਾਨਕ ਦੇਵ ਜੀ ਇਹਨਾਂ ਦੇ ਘਰ ਆਏ ਸੀਗੇ ਇਹਨਾਂ ਨੂੰ ਦੱਸਣ ਲਈ ਸਬਕ ਕਿ ਤੁਹਾਡੇ ਕੋਲ ਕਿਤਾਬੀ ਨੌਲੇਜ ਹੈਗਾ, ਰੂਹਾਨੀ ਹੈ ਨਹੀਂ ਗਾ। ਜਦੋਂ ਸੱਚਾ ਸੌਦਾ ਕੀਤਾ ਸੀਗਾ ਅਤੇ ਮਹਿਤਾ ਕਾਲੂ ਬੇਦੀ ਖੱਤਰੀ ਨੇ ਚਪੇੜ ਮਾਰੀਆਂ ਸੀ ਉਹਦੇ ਨਾਨਕ ਦੇ ਵੀ ਇਹ ਤੋਂ ਪੈਸੇ ਗੁਮਾ ਕੇ ਆ ਗਿਆ, ਵੀ ਸਾਰੇ 40 ਰੁਪਈਏ ਕਿੰਨੇ ਦਿੱਤੇ ਸੀ ਤੂੰ ਗਵਾਹ ਦਿੱਤੇ ਨੇ। ਉਹ ਪੁਲਾਰ ਜਿਹੜਾ ਸੀਗਾ ਪੁਲਾਰ ਜੱਟ ਪੱਟੀ ਜੱਟ ਉਹ ਦੇਖਦਾ ਸੀਗਾ ਉਹਦੇ ਸਾਹਮਣੇ ਮਾਰਿਆ ਨਾ, ਅਤੇ ਉਹਨੇ ਆਪਣੀ ਤੀਵੀ ਨੂੰ ਕਿਹਾ ਲਿਆ ਇਹਨੂੰ ਦੇ 40 ਰੁਪਈਏ ਦੇ ਲਿਆ ਕੇ, ਉਹਨੇ ਦਿੱਤੇ ਉਹਨੂੰ ਲੈ ਵੀ ਫੜ 40 ਰੁਪਈਏ ਲੈ ਆਪਣੇ ਇਹਨੂੰ ਨਾ ਤੂੰ ਕਹੀ ਕੁਛ ਵੀ। ਉਹਨੇ ਕਦਰ ਕੀਤੀ ਸਤਿਗੁਰੂ ਨਾਨਕ ਦੇਵ ਜੀ ਦੀ। ਬੇਦੀ ਖੱਤਰੀਆ ਜਿਹਨਾਂ ਦੇ ਘਰ ਪੈਦਾ ਹੋਇਆ ਉਹਨਾਂ ਨੇ ਕਿਹਾ ਨਖੱਟੂ ਹੈਗਾ, ਜਿੱਦਾਂ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਲਾਲਾ ਨੱਚੇ ਨਾਲੀ ਰਚੇ, ਅਤੇ ਕਹਿੰਦੇ ਵੀ ਇਹ ਗੁਮਰਾਹ ਹੈਗਾ, ਇਹ ਕੁਰਾਹੀਆ ਹੈਗਾ, ਉਹਨੂੰ ਸਾਰਿਆਂ ਬਦਨਾਮ ਕੀਤਾ। ਫਿਰ ਸਤਿਗੁਰੂ ਜਦੋਂ ਨਾਨਕ ਦੇਵ ਜੀ ਨੇ ਆਪਣੀ ਗੱਦੀ ਸਤਿਗੁਰੂ ਅੰਗਦ ਦੇਵ ਜੀ 53 ਖੱਤਰੀ ਨੂੰ ਦੇ ਦਿੱਤੀ ਨਾ, ਅਤੇ ਉਦੋਂ ਦੇ ਮੁੰਡੇ ਜਿਹੜੇ ਸੀ ਸ਼੍ਰੀ ਚੰਦ ਵਗੈਰਾ ਉਹਨੂੰ ਕਹਿੰਦੇ ਵੀ ਇਹ ਲੈ ਗਿਆ ਪੋਥੀ ਸਾਡੀ, ਜਿਹੜਾ ਇਹਨੂੰ ਪੋਥੀ ਨੂੰ ਲੈ ਕੇ ਜਾਊਗਾ ਉਹ ਤੰਗ ਹੋਏਗਾ, ਅਤੇ ਉਹਨਾਂ ਸ਼ਰਾਪ ਦਿੱਤਾ ਇੱਦਾਂ, ਯਾਨੀ ਕਿ ਵੀ ਜਿਹੜਾ ਵੀ ਕੋਈ ਸਿੱਖੀ ਦਾ ਪ੍ਰਚਾਰ ਕਰੇਗਾ ਉਹਨੂੰ ਲੋਕ ਤੰਗ ਕਰਨਗੇ, ਜਿੱਦਾਂ ਮੈਨੂੰ ਕਰ ਰਹੇ ਸੋਢੀ ਅਤੇ ਖੱਤਰੀ ਕਰ ਰਹੇ, ਸੋਢੀ ਅਤੇ ਬੇਦੀ ਕਰ ਰਹੇ ਨੇ। ਅਤੇ ਫਿਰ ਉਹਦੇ ਸਤਿਗੁਰੂ ਅੰਗਦ ਦੇਵ ਜੀ ਨੇ ਫਿਰ ਉਹਨਾਂ ਦੀ ਹੋਮੇ ਭੰਨੀ, ਅੰਗਦ ਦਾ ਮਤਲਬ ਹੁੰਦਾ ਅੰਗ ਅੰਗੀ ਸੰਗੀ, ਉਹਨੇ ਫਿਰ ਉਹ ਲੋਕਾਂ ਨੂੰ ਦੱਸਿਆ ਆਪਣੇ ਅਕਾਲ ਪੁਰਖ ਪਿਓ ਨੂੰ ਪਛਾਣੋ ਜਿਹੜਾ ਕਿ ਸਾਰਿਆਂ ਨਾਲ ਉੱਚਾ ਹੈਗਾ, ਆਹ ਜਿਹੜਾ ਜਾਤ ਦਾ ਪਿਓ ਹੈਗਾ ਇਹਦੀ ਹੋਮੇ ਨਾ ਕਰੋ। ਉਹਨੇ ਫਿਰ ਹੋਮੇ ਮਾਰੀ, ਕੁਸ਼ਤੀਆਂ ਕਰਾਈਆਂ, ਸਭ ਕੁਛ ਕੀਤਾ। ਫਿਰ ਉਹਨੇ ਸੁਰਤੀ ਵਾਲੇ ਸਿੱਖ ਜਿਹੜੇ ਸੀਗੇ ਉਹ ਫਿਰ ਸਤਿਗੁਰੂ ਅਮਰਦੇਵ ਜੀ ਦੇ ਹੱਥ ਫੜਾਏ। ਉਹਨਾਂ ਦਾ ਗੋ ਸੀ ਭੱਲਾ, ਭੱਲਾ ਹੁੰਦਾ ਵੀ ਤੇਰਾ ਭਲਾ ਹੋਵੇ। ਉਹਨਾਂ ਨੇ ਫਿਰ ਸਤਿਗੁਰੂ ਨਾਨਕ ਦੇਵ ਜੀ ਦੇ ਵਿੱਚ ਆਪਾਂ ਸਾਰਿਆਂ ਦਾ ਸਰਬੱਤ ਦਾ ਭਲਾ ਚਾਹੁੰਦੇ ਨਾ, ਉਹਨਾਂ ਨੇ ਫਿਰ ਸਾਰਿਆਂ ਦਾ ਦੱਸਿਆ ਵੀ ਤੁਸੀਂ ਸਾਰਿਆਂ ਦਾ ਭਲਾ ਮੰਨੋ,
ਮਿਸਾਲੀ ਕੋਈ ਗੰਦਾ ਹੈਗਾ ਕੋਈ ਚੰਗਾ ਹੈਗਾ ਉਹਨੇ ਫਿਰ ਦੁਬਦਾ ਭੰਨੀ ਵੀ ਮਾਇਆ ਵੱਲ ਨਾ ਜਾਓ ਸਤ ਅਕਾਲ ਪੁਰਖ ਦੀ ਮਾਇਆ ਨੂੰ ਲੁੱਟੋ ਉਹ ਫਿਰ ਸਤਿਗੁਰੂ ਰਾਮਦਾਸ ਜੀ ਦੇ ਹੱਥ ਫੜਾਏ ਉਹਨਾਂ ਨੇ ਫਿਰ ਕਿਹਾ ਵੀ ਹੁਣ ਤੁਸੀਂ ਮੋਹ ਦੁਨੀਆਂ ਦਾ ਛੱਡੋ ਅਤੇ ਅਕਾਲ ਪੁਰਖ ਨੂੰ ਪਵੋ ਜਿੱਦਾਂ ਕਿ ਸਾਧੂ ਪੈਂਦੇ ਨੇ ਮੋਹ ਨਹੀਂ ਉਹਨਾਂ ਦਾ ਹੁੰਦਾ ਦੁਨੀਆਂ ਮੋਹ ਤੋੜਿਆ ਉਹਨਾਂ ਦਾ ਅਤੇ ਉਹਨਾਂ ਫਿਰ ਸਤਿਗੁਰੂ ਅਰਜਨ ਦੇਵ ਜੀ ਨੂੰ ਫੜਾਏ ਉਹਨਾਂ ਨੇ ਚਿੱਤ ਬਿਰਤੀ ਦੇ ਸਿੱਖ ਸਨ ਉਹਨਾਂ ਨੇ ਫਿਰ ਬਾਣੀ ਖੂਬ ਵਿਚਾਰੀ ਅਤੇ ਸਤਿਗੁਰੂ ਰਾਮਦਾਸ ਜੀ ਨੇ ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾਂ ਪੁਰੀਆਂ ਪਾਰ ਦੇ ਮੁਤਾਬਿਕ ਉਹਨਾਂ ਨੇ ਖੂਬ ਸਿੱਖਾਂ ਨੂੰ ਬਾਣੀ ਦੀ ਬਾਣੀ ਦਾ ਪ੍ਰਸ਼ਾਦ ਦਿੱਤਾ ਉਹਨਾਂ ਦੀ ਭੁੱਖ ਮਿੱਟੀ ਅਤੇ ਜਿੱਦਾਂ ਦੱਸਿਆ ਪਹਿਲਾਂ ਕਿ ਜਿਹੜਾ ਹੁੰਦਾ ਹੈਗਾ ਆਪਣੇ ਇਹ ਹੈਗਾ ਨਾ ਟ੍ਰਿਨਿਟੀ ਇਹਦੇ 'ਚ ਹੈਗਾ ਸਾਰਾ ਉਹਨਾਂ ਸਤਿਗੁਰੂਆਂ ਨੇ ਦੱਸਿਆ ਵੀ ਕੀ ਹੈਗਾ ਸਤਿਗੁਰੂ ਅੰਦਰ ਦੇਵ ਜੀ ਨੇ ਹੋਮੇ ਮਾਰੇ ਮਨ ਮਾਰਿਆ ਬੁੱਧੀ ਦੇ ਹੇਠ ਉਹਨਾਂ ਨੇ ਪ੍ਰਚਾਰ ਕੀਤਾ ਪ੍ਰਚਾਰ ਕਰਕੇ ਫਿਰ ਉਹਨਾਂ ਚਿੱਤ ਬਿਰਤੀ 'ਚ ਆ ਗਏ ਇੱਥੇ ਸਤਿਗੁਰੂ ਅਰਜਨ ਦੇਵ ਜੀ ਸਹਿਣ ਸਿਆਂ ਪਰ ਲੱਖ ਹੋਣ ਤਾਂ ਇੱਕ ਨਾ ਚੱਲੇ ਨਾਲ ਅਤੇ ਇਹ ਚਾਰਟ ਅਤੇ ਮੇਰੀ ਡਿਸਕ੍ਰਿਪਸ਼ਨ ਵਿੱਚ ਮਿਲੇਗਾ ਤੁਹਾਨੂੰ ਅਤੇ ਇਸ ਫਿਰ ਸਤਿਗੁਰੂ ਰਾਮਦਾਸ ਜੀ ਤੋਂ ਫਿਰ ਸੋਢੀ ਖੱਤਰੀ ਸ਼ੁਰੂ ਹੋ ਗਿਆ ਇਹਨਾਂ ਨੇ ਫਿਰ ਸਤਿਗੁਰੂ ਅਰਜਨ ਦੇਵ ਜੀ ਅਤੇ ਸਤਿਗੁਰੂ ਤੇਗ ਬਹਾਦਰ ਜੀ ਇਹ ਦੋ ਸਤਿਗੁਰੂ ਜਿਹੜੇ ਸੀ ਤਿੰਨ ਹੋ ਗਏ ਨਾ ਸੋਢੀ ਅਤੇ ਚਾਰ ਸੱਚੇ ਪਾਤਸ਼ਾਹ ਇਹ ਸਾਰੇ ਸੋਢੀ ਸਨ ਹੁਣ ਸੱਚਾ ਪਾਤਸ਼ਾਹ ਜਿਹੜਾ ਹੁੰਦਾ ਸਤਿਗੁਰੂ ਤੋਂ ਵੱਡਾ ਹੁੰਦਾ ਯਾਨੀ ਕਿ ਜਿਹੜੇ ਸੋਢੀ ਖੱਤਰੀ ਸਨ ਉਹ ਬੇਦੀ ਖੱਤਰੀਆਂ ਦੇ ਨਾਲੋਂ ਵੀ ਉੱਚੇ ਸ਼ੈਤਾਨ ਸਨ ਜਿੱਡਾ ਵੱਡਾ ਸ਼ੈਤਾਨ ਓਡੇ ਵੱਡਾ ਫਿਰ ਡਾਕਟਰ ਹੁੰਦਾ ਨਾ ਅਤੇ ਇਸ ਕਰਕੇ ਸੋਢੀ ਖੱਤਰੀ ਜਿਹੜੇ ਟੌਪ ਦੇ ਹੈਗੇ ਨੇ ਸ਼ੈਤਾਨ ਅਤੇ ਅੱਜ ਵੀ ਇਹਨਾਂ ਨੇ ਲੁੱਟਣ ਲਈ ਲੋਕਾਂ ਨੂੰ ਗੁਰਦੁਆਰੇ ਬਜ ਬਣਾਏ ਹੋਏ ਅਤੇ ਫਲਾਨਾ ਕੀਤਾ ਉੱਥੇ ਕੰਮ ਕੁਛ ਨਹੀਂ ਕਰਦੇ ਪੂਜਾ ਦਾਨ ਖਾਂਦੇ ਨੇ ਭਗਤ ਕਬੀਰ ਜੀ ਕਹਿੰਦੇ ਕਿ ਹਰ ਕਾ ਨਾਮ ਵਿਹਾਜ ਕੇ ਕਬੀਰਾ ਗਾਂਠ ਨਾ ਖੋਲ ਨਹੀਂ ਪਟਨ ਨਹੀਂ ਪਾਰਖੂ ਨਹੀਂ ਮੋਲ ਨਹੀਂ ਗਾਹਕ ਨਹੀਂ ਮੋਲ ਅਤੇ ਇਸ ਕਰਕੇ ਹੈਗਾ ਫਿਰ ਹੈਗਾ ਭਾਗ ਮਹਾਂਛਲ ਭਗਤ ਕਬੀਰ ਜੀ ਕਹਿੰਦੇ ਨੇ ਭਾਗ ਮਹਾਂਛਲ ਹੁੰਦਾ ਯਾਨੀ ਕਿ ਬੇਈਮਾਨੀ ਦਾ ਜਿਹੜਾ ਲੁੱਟਮਾਰ ਦਾ ਰਿਸ਼ਵਤ ਦਾ ਮਾਲ ਭਾਗ ਮਹਾਂਛਲ ਪੂਜਾ ਦਾਨ ਪੂਜਾ ਦਾ ਦਾਨ ਜਿਹੜਾ ਖਾਵੇ ਜਿੱਦਾਂ ਖੱਤਰੀ ਖਾਂਦੇ ਨੇ ਗੁਰਦੁਆਰਿਆਂ ਦੇ ਬੈਠੇ ਨੇ ਸਾਂਭ ਕੇ ਉੱਥੇ ਲੋਕ ਆਉਂਦੇ ਨੇ ਪੂਜਾ ਦਾ ਕਰਦੇ ਨੇ ਇਹ ਖਾਂਦੇ ਨੇ ਇਹਨਾਂ ਨਾਲੋਂ ਜ਼ਿਆਦਾ ਪੂਜਾ ਦਾਨ ਕੋਈ ਨਹੀਂ ਖਾਂਦਾ ਪੂਜਾ ਦਾਨ ਜੋ ਜੋ ਪ੍ਰਾਣੀ ਖਾਏ ਤੀਰਥ ਆਦਿ ਸਭ ਰਸਾਤਲ ਜਾਏ ਉਹਨਾਂ ਦੇ ਜਿਹੜੀ ਪੂਜਾ ਤੀਰਥਾਂ ਤੂਰਥਾਂ 'ਤੇ ਜਾਂਦੇ ਹੋਰ ਜਾਂਦੇ ਉਹ ਸਭ ਖਤਮ ਹੋ ਜਾਂਦੇ ਨੇ ਯਾਨੀ ਕਿ ਮੁੱਕ ਜਾਂਦੇ ਨੇ ਕੋਈ ਉਹਨਾਂ ਦਾ ਫਾਇਦਾ ਨਹੀਂ ਹੁੰਦਾ ਤਾਂ ਇੱਕ ਨੰਬਰ ਦੇ ਜੇ ਸ਼ੈਤਾਨ ਹੈਗੇ ਨੇ ਹੈਗੇ ਸੋਢੀ ਇਹ ਸੋਢੀ ਜਿਹੜੇ ਨੇ ਪੂਜਾ ਦਾ ਧਾਨ ਖਾਂਦੇ ਨੇ ਪੂਜਾ ਦਾ ਧਾਨ ਖਾਣਾ ਮਨਾ ਹੈਗਾ ਸਤਿਗੁਰੂ ਅੰਗਦ ਦੇਵ ਜੀ ਨੇ ਵੀ ਜਦੋਂ ਆਪਣੇ ਲੰਗਰ ਚਲਾਉਂਦੇ ਸੀ ਖੀਰ ਬਣਾਉਂਦੇ ਸੀ ਸਭ ਕੁਛ ਕਰਦੇ ਸੀ ਲੰਗਰ ਨਹੀਂ ਸੀ ਖਾਂਦੇ ਹੁੰਦੇ ਉੱਥੇ ਲੰਗਰ ਆਪਣੇ ਘਰ ਖਾਂਦੇ ਹੁੰਦੇ ਸੀ ਜਾ ਕੇ ਨਾਲੇ ਮੁੰਡਿਆਂ ਨੂੰ ਵੀ ਦੱਸਿਆ ਵੀ ਗੁਰਦੁਆਰੇ ਦਾ ਉੱਥੇ ਲੰਗਰ ਨਹੀਂ ਖਾਣਾ ਲੰਗਰ ਹੁੰਦਾ ਸੀ ਜਿਹੜੇ ਬਾਹਰੋਂ ਆਉਂਦੇ ਲੋਕ ਉਹਨਾਂ ਨੂੰ ਖਾਣ ਲਈ ਅੱਜ ਤੁਸੀਂ ਦੇਖੋ ਉੱਥੇ ਅੰਮ੍ਰਿਤਸਰ ਇਹ ਜਿਹੜੇ ਸਾਰੇ ਖੱਤਰੀ ਦੁਕਾਨਦਾਰ ਹੈਗੇ ਨੇ ਜਦੋਂ ਉੱਥੇ ਲੰਗਰ ਹੁੰਦਾ ਬਾਲਟੀਆਂ ਲੈ ਕੇ ਚਲੇ ਜਾਂਦੇ ਨੇ ਉੱਥੋਂ ਭਰਾ ਲਿਆਉਂਦੇ ਨੇ ਰੋਟੀਆਂ ਵੀ ਲੈ ਆਉਂਦੇ ਨੇ ਅਤੇ ਨਾਲੇ ਸਭ ਕੁਛ ਲੈ ਆਉਂਦੇ ਨੇ ਅਤੇ ਖਾਂਦੇ ਪੀਂਦੇ ਨੇ ਇਹ ਹੈਗਾ ਪੂਜਾ ਦਾਨ ਖਾਂਦੇ ਨੇ ਖੱਤਰੀ ਕਿਹੜੀ ਹੋਰ ਕੌਮ ਦੇ ਲੋਕ ਹੈਗੇ ਨੇ ਜਿਹੜਾ ਕਿ ਪੂਜਾ ਦਾਨ ਇਹਨਾਂ ਨਾਲ ਜ਼ਿਆਦਾ ਖਾਂਦੇ ਨੇ ਇੱਕ ਨੰਬਰ ਦੇ ਸ਼ੈਤਾਨ ਹੈਗੇ ਨੇ ਖੱਤਰੀ ਇਹ ਜਦੋਂ ਮੁਹੰਮਡਨ ਬਣੇ ਬੁੱਲਾ ਬਣੇ ਇਹਨਾਂ ਨੇ ਜਨੇਊ ਲਾਉਣੇ ਸ਼ੁਰੂ ਕੀਤੇ ਸੀਗੇ ਇਹ ਸੀਗੇ ਇੱਕ ਨੰਬਰ ਦੇ ਦੁਸ਼ਮਣ ਆਪਣੇ ਸਤਿਗੁਰੂਆਂ ਦੇ ਅਤੇ ਨਾਲੇ ਸੱਚੇ ਪਾਤਸ਼ਾਹਾਂ ਦੇ ਜਿਹਨੇ ਆਪਣੇ ਸਰਹੰਦ ਜਿਸ ਖੱਤਰੀ ਨੇ ਆਪਣੇ ਬੱਚੇ ਚਿਣਾਏ ਸੀਗੇ ਉਹ ਸੀਗਾ ਪੂਰੀ ਖੱਤਰੀ ਸੀਗਾ
ਆ ਭਜਨ ਜੋਗੀ ਜਿਹੜਾ ਹੈਗਾ ਅਮੈਰੀਕਾ 'ਚ, ਇਹ ਵੀ ਪੂਰੀ ਖੱਤਰੀ ਹੈਗਾ ਲਾਲਾ। ਇਹਨੇ ਦੇਖ ਲਓ ਕੀ ਬਨਾਉਟੀ ਬਣਾ ਕੇ ਬੈਠੇ ਨੇ ਉੱਥੇ, ਪੱਗਾਂ ਬੰਨ੍ਹ ਕੇ ਅਤੇ ਚਿੱਟੇ ਕੱਪੜੇ ਪਾ ਕੇ, ਅਤੇ ਸਿੱਖੀ ਦਾ ਨਿਸ਼ਾਨ ਨਹੀਂ ਹੈਗਾ। ਗਧੇ ਖਾਲਸੇ ਬਣਾਏ ਹੋਏ ਨੇ। ਜਿਹੜਾ ਖਾਲਸਾ ਹੁੰਦਾ ਉਹਦੇ ਪੰਜਾਂ ਦੇ ਸਿਰ ਸਟੇਜ 'ਤੇ ਲਾਏ ਸੀ, ਫਿਰ ਇੱਕ ਦਾ ਧੜ ਅਤੇ ਦੂਜੇ ਦਾ ਸਿਰ ਸੀਤਾ ਸੀਗਾ। ਜਦੋਂ ਖਾਲਸਾ ਆਦਮੀ ਬਣ ਜਾਏ ਉਦੋਂ ਘਰ ਨੂੰ ਨਹੀਂ ਵਾਪਸ ਲੌਟਦਾ। ਉਹ ਜਿਹੜੇ ਉਹਨੇ ਬਣਾਏ ਨੇ ਉੱਥੇ ਅਮੈਰੀਕਾ 'ਚ, ਅੰਮ੍ਰਿਤ ਛਕਾਇਆ ਉਹਨਾਂ ਨੂੰ, ਘਰੇ ਘਾੜੇ 'ਚ ਬੈਠੇ ਨੇ। ਉਹ ਹੈਗੇ ਨੇ ਬੰਦੇ ਹੀ ਖਾਲਸੇ, ਬੰਦਾ ਬਹਾਦਰ ਦੇ। ਬੰਦਾ ਬਹਾਦਰ ਨੂੰ ਵੀ ਕਿਹਾ ਸੀ ਨਾ ਵਿਆਹ ਨਹੀਂ ਕਰਾਉਣਾ, ਵਿਆਹ ਕਰਾ ਕੇ ਬਹਿ ਗਿਆ। ਜਦੋਂ ਤੱਤ ਖਾਲਸੇ ਨੇ ਦੇਖਿਆ ਉਦੋਂ ਉਹਨੂੰ ਛੱਡ ਦਿੱਤਾ ਸੀ। ਅਹਿਮਦ ਸ਼ਾਹ ਅਬਦਾਲੀ ਦੀਆਂ ਬੇਗਮਾਂ ਤੱਤ ਖਾਲਸੇ ਦੇ ਹੱਥ ਆਈਆਂ ਸੀ, ਉਹਨਾਂ ਨੂੰ ਕੁਛ ਨਹੀਂ ਕਿਹਾ, ਭੈਣਾਂ ਕਰਕੇ ਉਹਨਾਂ ਨੂੰ ਛੱਡ ਕੇ ਆਏ ਸੀ ਉੱਥੇ ਉਹਦੇ ਕੋਲ, ਲੈ ਤੇਰੀ ਬੇਗਮਾਂ ਲੈ ਲਾ ਆਪਣੀਆਂ। ਅਤੇ ਇਹ ਹੁੰਦਾ ਖਾਲਸਾ, ਇਹ ਨਹੀਂ ਆ ਜਿਹੜੇ ਅੱਜ ਕਹਿੰਦੇ ਵੀ ਅਸੀਂ ਰਾਜ ਕਰਨਾ, ਦਿੱਲੀ 'ਤੇ ਰਾਜ ਕਰਨਾ, ਆਹ ਕਰਨਾ, ਇਹ ਗਧੇ ਖਾਲਸੇ ਨੇ। ਅਤੇ ਜਿਹੜਾ ਵੀ ਇਹਨਾਂ ਦੇ ਖੱਤਰੀਆਂ ਦੇ ਮਗਰ ਲੱਗੇਗਾ ਉਹ ਪਛਤਾਏਗਾ। ਆਪਣੀ ਸੁਰਤੀ ਨਾਲ ਚੱਲੋ। ਜਾਤ ਜਿਹੜੀ ਹੈਗੀ, ਜਦੋਂ ਤੁਸੀਂ ਪੈਦਾ ਹੋਏ ਹੈਗੇ ਆ, ਤੁਸੀਂ ਆਪ ਤਾਂ ਨਹੀਂ ਜਨਮ ਲਿਆ, ਅਕਾਲ ਪੁਰਖ ਨੇ ਮੈਨੂੰ ਨਿੱਜਰਾਂ ਦੇ ਕਰ ਦਿੱਤਾ ਜਨਮ। ਮੇਰੀ ਅਸਲੀ ਰੂਪ ਮੇਰਾ ਹੈਗਾ ਉਹ ਰੂਹ ਹੈਗੀ ਅਕਾਲ ਪੁਰਖ ਦੀ। ਇਹ ਜਿਹੜਾ ਹੈਗਾ ਇਹ ਹੈਗਾ ਝੂਠਾ, ਸੱਚਾ ਪਿਓ ਜਿਹੜਾ ਅਕਾਲ ਪੁਰਖ ਹੈਗਾ। ਜਿੰਨਾ ਚਿਰ ਕੱਚੀ ਇੱਟ ਨਹੀਂ ਹੁੰਦੀ, ਪੱਕੀ ਇੱਟ ਨਹੀਂ ਨਾ ਬਣਦੀ, ਪੱਖੇ ਉਹਨੂੰ ਪਠਾਓ, ਉਹਨੂੰ ਕੱਚੀ ਇੱਟ ਨੂੰ ਪੱਠੇ 'ਚ ਜਲਾਓਗੇ ਤਾਂ ਪੱਕੀ ਬਣੇਗੀ। ਇਸੇ ਤਰ੍ਹਾਂ ਜਿੰਨਾ ਚਿਰ ਤੁਸੀਂ ਕੱਚੇ ਪਿਓ ਦੇ ਨਹੀਂ ਬਣਦੇ, ਐਸ ਪਿਓ ਦੇ ਨਹੀਂ ਬਣਦੇ, ਪੱਕੇ ਪਿਓ ਦੇ ਨਹੀਂ ਬਣਦੇ, ਪੱਕੇ ਪਿਓ ਦੇ ਬਣੋਗੇ ਬਾਣੀ ਦੀ ਪੱਠੀ 'ਚ ਆਪਣੇ ਆਪ ਨੂੰ ਪਾਓਗੇ ਤਾਂ। ਜਿੱਦਾਂ ਲਿਖਿਆ ਨਾ ਮੁਸਲਮਾਨ ਕਿੱਦਾਂ ਚੀਖਾਂ ਮਾਰਦਾ ਹੈਗਾ, ਮਿੱਟੀ ਮੁਸਲਮਾਨ ਦੀ ਪਈ ਪੇੜੇ ਘੁਮਿਆਰ ਕਿੱਦਾਂ ਚੀਖਾਂ ਮਾਰਦਾ ਹੈਗਾ। ਇੱਦਾਂ ਹੈਗਾ ਵੀ ਉਹ ਆਦਮੀ ਚੀਖਾਂ ਮਾਰਦਾ ਵੀ ਮੈਂ ਨਹੀਂ, ਮੈਂ ਤਾਂ ਲੁੱਟਣਾ ਹੈਗਾ ਲੋਕਾਂ ਨੂੰ। ਅਤੇ ਉਹ ਬਾਣੀ ਕਹਿੰਦੀ ਆਪਣਾ ਲੋਭ ਰਤ ਨਹੀਂ ਰੱਖ ਵਿੱਚ ਲਿਆ, ਜਿਹਦੇ 'ਚ ਲੋਭ ਰਤ ਹੈਗਾ ਉਹ ਆਦਮੀ ਸਿੱਖ ਨਹੀਂ ਹੈਗਾ। ਇਹ ਜਿਹੜੇ ਖੱਤਰੀ ਹੈਗੇ ਨੇ ਇੱਕ ਨੰਬਰ ਦੇ ਲੋਭੀ ਹੈਗੇ ਨੇ, ਲੋਭ ਰਤ। ਪੂਜਾ ਦਾਨ ਖਾਂਦੇ ਨੇ, ਲੋਭ ਰਤ ਹੈਗਾ। ਜਿੰਨਾ ਇਹ ਬੇਦੀ ਅਤੇ ਸੋਢੀ ਖਾਂਦੇ ਨੇ ਉਹਨਾਂ ਨਾਲ ਕੋਈ ਹੋਰ ਨਹੀਂ ਜ਼ਿਆਦਾ ਖਾਂਦਾ। ਇੱਕ ਨੰਬਰ ਦੇ ਸ਼ੈਤਾਨ ਹੈਗੇ ਬੇਦੀ, ਅਤੇ ਟੌਪ ਦੇ ਦੁਨੀਆ ਦੇ ਸ਼ੈਤਾਨ ਹੈਗੇ ਸੋਢੀ, ਸੋਢੀ ਖੱਤਰੀ। ਅਤੇ ਇਹਨਾਂ ਤੋਂ ਬਚ ਕੇ ਰਹੋ ਅਤੇ ਬਾਕੀ ਤੁਸੀਂ ਠੀਕ ਰਹੋਗੇ। ਇਹੋ ਹੀ ਹੈਗੇ ਨੇ ਜਿਹੜੇ ਮੇਰੇ ਵੀਡੀਓਜ਼ ਹੈਗੇ ਨੇ ਉਹਨਾਂ 'ਤੇ ਜ਼ਿਆਦਾ ਕ੍ਰਿਟਿਸਿਜ਼ਮ ਕਰਦੇ ਨੇ, ਅਤੇ ਮੈਨੂੰ ਕਹਿੰਦੇ ਤੇਰਾ ਸਿਰ ਫਿਰਿਆ ਹੋਇਆ। ਅੱਗੇ ਤੁਹਾਡੀ ਮਰਜ਼ੀ।